लॉकडाउन के दौरान मोहाली में दो और चार पहिया वाहन चुराने वाले गिरोह को मोहाली फेज 8 पुलिस ने काबू किया। 3 लोग को पुलिस ने चोरी के मामले में गिरफ्तार किया है। मामला मोहाली के इंडस्ट्रियल एरिया का है, जहां लॉकडाउन के दौरान एक गिरोह को पुलिस ने कार और मोटरसाइकिल की चोरी करने के आरोप में गिरफ्तार किया। गिरोह में 3 लोग हैं, जो लॉकडाउन के दौरान इंडस्ट्रियल एरिया से बाहर खड़ी गाड़ियों को चुरा कर उनकी आरसी बनवाकर बैंकों से लोन करवाया करते थे। इस खुलासे पर मोहाली फेज 8 पुलिस चौकी प्रभारी अवतार सिंह ने अर्थ प्रकाश को जानकारी देते हुए कहा कि काफी समय से गाड़ियां और दो पहिया वाहन चोरी होने की घटना सामने आ रही थी। गिरोह के बारे में जानकारी मिलते ही एसएसपी चहल के निर्देश अनुसार पुलिस ने गिरोह का पर्दाफाश किया। गिरोह में 3 व्यक्ति शामिल हैं। चलिए देखते हैं आगे इस संबंध में चौकी प्रभारी अवतार सिंह ने क्या कहा। ਮਾਨਯੋਗ ਸਾਡੇ ਐਸ ਐਸ ਪੀ ਸਰਹੱਦ ਕੁਲਦੀਪ ਸਿੰਘ ਚਹਿਲ ਦੀਆਂ ਨਿਰਦੇਸ਼ਾਂ ਦੇ ਅਨੁਸਾਰ ਸਾਡੇ ਇੰਡਸਟਰੀ ਏਰੀਏ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਤੋਂ 2-3 ਚੋਰੀਆਂ ਹੋਈਆਂ ਨੇ, ਜਿਸ ਸੰਬੰਧੀ ਮੈਨੂੰ ਇੱਕ ਵੀਡੀਓ ਵਾਇਰਲ ਹੋਈ ਸੀਗੀ, ਜਿਸ ਵੀਡੀਓ ਦੀ ਮੈਂ ਛਾਣਬੀਣ ਕਰਕੇ ਉਸ ਮੁਖਰ ਖਾਸ ਨੂੰ ਲਾ ਕੇ ਉਸ ਨੂੰ ਰਾਊਂਡ ਅਪ ਕੀਤਾ। ਰਾਊਂਡ ਅਪ ਕਰਨ ਤੋਂ ਬਾਅਦ ਸਾਨੂੰ ਉਹਦੇ ਨਾਲ ਪਤਾ ਚੱਲਿਆ ਵੀ ਇਹ 3 ਬੰਦੇ ਸੀਗੇ, 3 ਬੰਦਿਆਂ ਦਾ ਗਰੋਹ ਸੀਗਾ, ਜਿਹਦੇ ਵਿੱਚ ਅਸੀਂ ਉਹ 3 ਬੰਦਿਆਂ ਨੂੰ ਰਾਊਂਡ ਅਪ ਕਰਕੇ ਉਹਨਾਂ ਪਾਸੋਂ ਜੋ ਸਾਡੇ ਮੇਰੇ ਏਰੀਏ ਇੰਡਸਟਰੀ ਏਰੀਏ 'ਚ ਲੋਕਡਾਊਨ ਦੌਰਾਨ 3 ਚੋਰੀਆਂ ਹੋਈਆਂ ਸੀਗੀਆਂ, ਜੋ 3 ਚੋਰੀਆਂ ਮੈਂ ਉਹਨਾਂ ਪਾਸੋਂ ਟਰੇਸ ਕਰਾ ਲਈਆਂ। ਕੁਝ ਚੋਰੀਆਂ ਦਾ ਸਮਾਨ ਉਹਨਾਂ ਨੇ ਇੱਕ ਕਵਾੜੀਆ, ਵਿਜੇ ਕਵਾੜੀਆ ਸੀਗਾ, ਉਹਨੂੰ ਵੇਚਿਆ ਸੀਗਾ, ਜੋ ਕਵਾੜੀਆ ਅਜੇ ਸਾਡੀ ਕ੍ਰਿਸ ਤੋਂ ਭੱਜਿਆ ਹੋਇਆ, ਠੀਕ ਆ, ਉਸ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਰਾਊਂਡ ਅਪ ਕਰਕੇ, ਠੀਕ ਆ, ਅਗਲੀ ਤਫਤੀਸ਼ ਜਿਹੜੀ ਮੁਕੰਮਲ ਕਰ ਲਵਾਂਗੇ ਜਲਦੀ। ਇਸ ਤੋਂ ਬਾਅਦ ਅਸੀਂ ਕਹਿੰਦਾ ਕੁਛ ਇੰਡਸਟਰੀ ਏਰੀਆ ਨੂੰ ਜੋ ਸਾਡੇ ਲੋਕਡਾਊਨ ਤੋਂ ਪਹਿਲਾਂ ਬੰਦ ਸੀ, ਹੁਣ ਚੱਲੀਆਂ ਨੇ ਇੰਡਸਟਰੀਆਂ, ਉਹਨਾਂ ਨੂੰ ਅਸੀਂ ਇੱਕ ਪਰਵਾਨਾ ਸਾਰਿਆਂ ਨੂੰ ਜਾਰੀ ਕੀਤਾ ਹੋਇਆ, ਜਿਹੜੇ ਕਿਉਂਕਿ ਉਹਨਾਂ ਦੇ ਅਪਲਾਈ ਨੇਗੇ, ਮੁਲਾਜ਼ਮ ਨੇਗੇ, ਉਹਨਾਂ ਦੇ ਕਈ ਵਾਰ ਪਹਿਲਾਂ ਮੋਟਰਸਾਈਕਲ ਤੋਂ ਚੋਰੀ ਹੋ ਜਾਂਦੇ ਸੀ ਵਹੀਕਲ, ਹੁਣ ਉਹਨਾਂ ਨੂੰ ਪ੍ਰਵਾਨਾ ਜਾਰੀ ਕਰਕੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਨੇ ਵੀ ਉਹ ਜਿਹੜੇ ਵਹੀਕਲ ਨੇ ਜ਼ਿਆਦਾ ਉਹਨਾਂ ਨੂੰ ਆਪਣੇ ਅੰਦਰ ਪਾਰਕਿੰਗ ਦਿਓ, ਜਿਹੜੇ ਬਾਹਰ ਖੜ੍ਹਦੇ ਨੇ ਰੋਡਾਂ 'ਤੇ, ਕਿਉਂਕਿ ਜਾਂ ਉਹਨਾਂ ਦੇ ਉੱਪਰ ਜੇ ਉਹਨਾਂ ਦੀ ਨਿਗਰਾਨੀ ਲਈ ਆਪਣੇ ਕੋਈ ਬੰਦੇ ਉੱਥੇ ਗਰੇਜ ਕਰੋ। ਅਤੇ ਬਾਕੀ ਬੈਂਕਾਂ ਨੂੰ ਵੀ ਇਹੀ, ਜਿਹੜੇ ਬੈਂਕਾਂ ਦੇ ਵਿੱਚ ਜਾਂ ਕਰਮਚਾਰੀ ਮੁਲਾਜ਼ਮ ਲੱਗੇ ਹੋਏ ਨੇਗੇ, ਅਸੀਂ ਉਹਨਾਂ ਬੈਂਕ ਮੈਨੇਜਰਾਂ ਨੂੰ ਵੀ ਇਹੀ ਹਦਾਇਤਾਂ ਕੀਤੀਆਂ ਨੇ ਵੀ ਉਹਨਾਂ ਤੋਂ ਹੋਰ ਕੋਈ ਕੰਮ ਨਾ ਲਿਆ ਜਾਵੇ, ਅਤੇ ਉਹਨਾਂ ਨੂੰ ਸੰਬੰਧਿਤ ਜਿਹੜੇ ਹੈਗਾ ਉਹਨਾਂ ਤੋਂ ਨਿਗਰਾਨੀ ਦੇ ਜੋ ਅਸਲਾ ਐਮੂਲੇਸ਼ਨ ਉਹਨੂੰ ਦਿੱਤਾ ਹੋਇਆ ਉਹ ਆਪਣਾ ਪ੍ਰੋਪਰ ਚੈਨਲ ਪਾ ਕੇ ਆਪਣੇ ਡਿਊਟੀ ਜੋ ਹਾਜ਼ਰ ਖੜ੍ਹਨ, ਅਤੇ ਜੋ ਉਹਨਾਂ ਦੇ ਸਾਡੇ ਏਰੀਏ ਦੇ ਵਿੱਚ ਪੈਂਦੇ ਨੇ ਗੇ ਏਟੀਐਮ, ਠੀਕ ਆ, ਜੇ ਕੋਈ ਏਟੀਐਮ ਦੇ ਬੰਦਾ ਨਹੀਂ ਲਾਇਆ ਕਿਸੇ ਨੇ, ਅਸੀਂ ਮੈਨੇਜਰਾਂ ਉਹਨਾਂ ਨੂੰ ਬੈਂਕਾਂ ਨੂੰ ਹਦਾਇਤ ਕੀਤੀ ਹੈ ਵੀ ਇਹਨੂੰ ਬੰਦ ਕਰਨ ਦੇ ਜ਼ਿੰਮੇਵਾਰ ਸ਼ਾਮ ਨੂੰ ਤੁਸੀਂ ਹੋਵੋਗੇ, ਠੀਕ ਹੈ ਕਿ ਨਾ, 8 ਵਜੇ ਤੋਂ ਲੈ ਤੋਂ ਬਾਅਦ ਜੋ ਵੀ ਹੈਗਾ ਇਹ ਬੰਦ ਕਰਨ ਦੇ ਜ਼ਿੰਮੇਵਾਰ ਹੋ। ਉਸ ਤੋਂ ਪਹਿਲਾਂ ਅਸੀਂ ਆਪਣੀ ਗਸਤ ਪਾਰਟੀ PCR ਵਗੈਰਾ ਲਾ ਕੇ ਅਸੀਂ ਜੋ ਵੀ ਭੀੜ ਭੜਕੇ ਵਾਲੀ ਜਗ੍ਹਾ ਨੇ ਮੇਰੇ ਏਰੀਏ 'ਚ ਇੰਡਸਟਰੀ ਏਰੀਏ 'ਚ ਪੈਂਦੀਆਂ ਨੇ, ਅਸੀਂ ਉਸ ਸੰਬੰਧੀ ਮੈਂ 2 PCR ਲੱਗੀਆਂ ਹੋਈਆਂ ਨੇ, ਉਸ ਸੰਬੰਧੀ ਸਾਡੀ ਗਸਤ ਆ ਜਿਹੜੀ ਹੈਗੀ ਜਾਰੀ ਹੈ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ TV ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।